2014 ਸੰਗਰੂਰ ਤੋਂ ਮੈਂ ਨਵਾਂ ਨਵਾਂ MP ਬਣਿਆ। ਮੈਂ ਸੰਗਰੂਰ ਤੋਂ ਬਰਨਾਲੇ ਨੂੰ ਜਾ ਰਿਹਾ ਸੀ, ਰਸਤੇ 'ਚ ਇੱਕ ਪਿੰਡ ਪੈਂਦਾ, ਉੱਥੇ ਬਜ਼ੁਰਗ ਤਾਸ਼ ਖੇਡ ਰਹੇ ਸੀ। ਮੈਂ ਇੱਦਾਂ ਹੀ ਜਾਂਦਾ ਸੀਗਾ ਗੱਡੀ 'ਚ, ਮੈਂ ਰੋਕਿਆ ਗਾ ਬਜ਼ੁਰਗਾਂ ਨਾਲ ਗੱਲ ਕਰੀਏ, ਰੋਕ ਗੱਡੀ ਰੋਕ। ਗੱਡੀ ਰੋਕ ਕੇ ਮੈਂ ਉਹਨਾਂ ਦੇ ਚਬੂਤਰੇ ਜਿੱਥੇ ਚੜ੍ਹ ਗਿਆ, ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਸਤਿ ਸ਼੍ਰੀ ਅਕਾਲ MP ਸਾਹਿਬ। ਮੈਂ ਕਿਹਾ ਹਾਂ MP ਐਂ ਆ ਸਕਦਾ? ਮੈਂ ਕਿਹਾ ਜੀ ਹਾਂ। ਨਹੀਂ ਕੋਈ ਮਤਲਬ ਐਂ? ਮੈਂ ਕਿਹਾ ਹਾਂ। ਓਹ ਲਿਆ ਓਏ ਚਾਹ ਹੋਏ, ਉਹ ਦੁੱਧ 'ਚ ਪੱਤੀ ਪਵਾ ਓਏ। ਕਹਿਣ ਲੱਗ ਗਏ ਮੁੰਡਾ ਭੇਜਤਾ ਸੇਵਾ, ਬੈਠੋ ਜੀ ਬੈਠੋ ਜੀ। MP ਸਾਹਿਬ ਇੱਕ 70-75 ਸਾਲ ਦਾ ਬਜ਼ੁਰਗ ਮੇਰੇ ਐਂ ਹੱਥ ਲਾਵੇ, ਫਿਰ ਇੱਦਾਂ ਹੱਥ ਲਾਵੇ। ਜਦੋਂ ਮੈਂ ਉਹਦੇ ਵੱਲ ਦੇਖਿਆ, ਉਹਦੀਆਂ ਅੱਖਾਂ 'ਚ ਅੱਥਰੂ ਸੀ, ਨਮ ਸੀ ਅੱਖਾਂ। ਮੈਂ ਕਿਹਾ ਬਜ਼ੁਰਗੋ, ਮੈਥੋਂ ਕੋਈ ਗਲਤੀ ਹੋ ਗਈ ਤਾਂ ਮੈਂ ਮਾਫ਼ੀ ਚਾਹੁੰਦਾ, ਕੀ ਗੱਲ ਹੋ ਗਈ, ਅੱਖਾਂ 'ਚ ਅੱਥਰੂ ਕਿਉਂ ਨੇ? ਹੈ ਜੀ ਗੱਲ ਕਹੀ ਉਸ ਬੰਦੇ ਨੇ, ਕਾਲ ਜਾਂ ਚੀਰ ਕੇ ਲੰਘ ਗਈ, ਕਾਲ ਜਾਂ ਚੀਰ ਕੇ ਲੰਘ ਗਈ। ਕਹਿੰਦਾ ਪੁੱਤ ਤੇਰੀ ਕੋਈ ਗਲਤੀ ਨਹੀਂ। ਕਹਿੰਦਾ ਇਹਨਾਂ ਹੱਥਾਂ ਨਾਲ ਬਹੁਤ MP ਬਣਾਏ ਹੈ, ਪਰ ਰੱਬ ਦੇ ਹੱਥੀਂ ਬਣਾਏ ਹੋਏ ਇੱਕ MP ਨੂੰ ਆਪ ਹੱਥ ਲਾ ਕੇ ਅੱਜ ਪਹਿਲੀ ਵਾਰੀ ਦੇਖਿਆ।